ਇਸ਼ਾਰੇ ਇਸ਼ਾਰਿਆਂ ਚ ਉਹਨਾਂ ਨੇ ਵੱਡੀਆਂ ਗੱਲਾਂ ਕਹਿ ਦਿੱਤੀਆਂ ਅਮਰਪਾਲ ਸਿੰਘ ਦੇ ਖਿਲਾਫ ਖੁੱਲ ਕੇ ਜਿਸ ਤਰੀਕੇ ਦੇ ਨਾਲ ਬੋਲਦੇ ਵੀ ਨਜ਼ਰ ਆਏ ਮਜੀਠੀਆ ਇਸ਼ਾਰਿਆਂ ਇਸ਼ਾਰਿਆਂ ਚ ਉਹਨਾਂ ਨੇ ਕਿਹਾ ਕਿ ਜਿਹੜਾ ਡੁਪਲੀਕੇਟ ਡੁਪਲੀਕੇਟ ਹੁੰਦਾ ਅਸਲੀ ਅਸਲੀ ਹੁੰਦਾ ਅਸਲੀ ਅਸਲੀ ਆ ਤੇ ਨਕਲੀ ਨਕਲੀ ਡੁਪਲੀਕੇਟ ਨਹੀਂ ਡੁਪਲੀਕੇਟ ਰਹਿਣਾ ਅਸਲੀ ਨੇ ਅਸਲੀ ਰਹਿਣਾ ਲੀਡਰ ਉਹੀ ਹੁੰਦਾ ਜਿਹੜਾ ਫੈਸਲਾ ਕੁੱਨ ਹੋਵੇ ਲੀਡਰ ਜਿਹੜਾ ਫੈਸਲਾ ਲਵੇ ਮੇਰੇ ਨਾਲ ਤਾਂ ਮਜੀਠੀਆ ਨੇ ਫੈਸਲਾ ਲੈ ਲਿਆ ਵਿਕਰਮ ਮਜੀਠੀਆ ਅਕਾਲੀ ਦਲ ਦੇ ਲਈ ਗੇਮ ਚੇਂਜਰ ਸਾਬਤ ਹੁੰਦੇ ਆ ਕਿ ਨਹੀਂ ਅਮਰਪਾਲ ਦੇ ਬਾਰੇ ਇਸ ਕਰਕੇ ਨਹੀਂ ਅਕਾਲੀ ਬੋਲੇ ਕਿ ਸਿੱਖਾਂ ਦੇ ਵਿੱਚ ਅਮਰਪਾਲ ਨੇ ਇੱਕ ਛਾਪ ਬਣਾ ਲਈ ਕਿ ਵਾਕਈ ਹਿੰਦੂ ਭਾਈਚਾਰਾ ਮਜੀਠੀਆ ਨਾਲ ਜੁੜਦਾ ਹੈ ਸਾਈ ਭਾਈਚਾਰਾ ਮੁਸਲਿਮ ਭਾਈਚਾਰਾ ਮਜੀਠੀਆ ਦੇ ਇਸ ਬਿਆਨ ਤੋਂ ਬਾਅਦ ਅਕਾਲੀ ਦਲ ਦੇ ਨਾਲ ਜੁੜਦਾ ਹੈ ਅਕਾਲੀ ਦਲ ਲਗਾਤਾਰ ਪੰਥਕ ਮਸਲਿਆਂ ਨੂੰ ਲੈ ਕੇ ਚਿੰਤਾ ਜ਼ਾਹਰ ਕਰਦਾ ਸੀ ਤੇ ਹੁਣ ਨਾਲ ਹੀ ਜਿਹੜਾ ਅਮਰਪਾਲ ਹੋਣਾ ਦੇ ਬਾਰੇ ਉਹਨਾਂ ਨੇ ਹੋਰ ਗੱਲ ਕਹੀ ਕਿ ਮੈਨੂੰ ਅੰਮ੍ਰਿਤਸਰ ਤੋਂ ਫੋਨ ਆ ਰਹੇ ਨੇ ਤੇ ਲੋਕ ਕਹਿ ਰਹੇ ਨੇ ਕਿ ਮਾਹੌਲ ਠੀਕ ਨਹੀਂ ਹੈ ਅਜੀਠੀਆ ਦੇ ਬਿਆਨ ਦੀ ਰਾਜਨੀਤੀ ਸਮਝਣ ਦੀ ਲੋੜ ਹੈ ਜਿਸ ਤਰੀਕੇ ਦੇ ਨਾਲ ਬਿਕਰਮ ਮਜੀਠੀਆ ਨੇ ਤਾਂ ਲਕੀਰ ਖਿੱਚ ਦਿੱਤੀ ਹੈ ਸਿੱਖਾਂ ਦੇ ਨਾਲ ਨਾਲ ਬਿਕਰਮ ਮਜੀਠੀਆ ਦੂਸਰੇ ਭਾਈਚਾਰਿਆਂ ਦਾ ਸਾਥ ਲੈਣਾ ਚਾਹੁੰਦੇ ਆ ਹਰ Hindu ਵੀਰ ਨਾਲ ਮਜੀਠੀਆ ਖੜੂ ਪਈ ਹਰ ਅਸਾਈ ਵੀਰ ਨਾਲ ਹਰ ਪੰਜਾਬੀ ਨਾਲ ਹਰ ਮੁਸਲਮਾਨ ਵੀਰ ਨਾਲ ਹਰ ਸਿੱਖ ਵੀ ਉਹਨਾਂ ਜਿੱਥੇ ਧੱਕਾ ਹੋਊ ਅਸੀਂ ਲੜਾਂਗੇ ਮਜੀਠੀਆ ਨੇ ਕਲੀਅਰ ਕਟ ਅੱਜ ਸਾਫ਼ ਸਟੈਂਡ ਆਫ ਦਾ ਦਿਖਾ ਦਿੱਤਾ ਕਿ ਉਹ ਅਮਰਪਾਲ ਦੇ ਖਿਲਾਫ ਬੋਲਣਗੇ ਵੀ ਹੋ ਸਕਦਾ ਉਹਨਾਂ ਵਾਲੇ ਦਿਨਾਂ 'ਚ ਫੁੱਲ ਕੇ ਬੋਲਣ ਲੱਗ ਜਾਣ ਰੈਂਡਮ ਵਾਲੀ ਗੱਲ ਵੀ ਕਲੀਅਰ ਕਰਕੇ ਕਿ ਕੈਨੇਡਾ ਅਮਰੀਕਾ ਨੇ ਥੋੜੀ ਸੰਨ ਖਾਲੀ ਥਾਂ ਦੇਣਾ ਹੈ ਜੇ ਹਿੰਮਤ ਆ ਤਾਂ ਪੰਜਾਬ ਚ ਕਰਾਓ ਪੰਥ ਦੂਰ ਹੋਇਆ ਅਕਾਲੀ ਦਲ ਤੋਂ ਸਿੱਖ ਜਿਹੜੇ ਆ ਦੂਰ ਹੋਇਆ ਅਕਾਲੀ ਦਲ ਤੋਂ ਜਿਹੜਾ ਸਿੱਖ ਵੋਟ ਆ ਉਹ ਇੱਕ ਮੁਠੀ ਹੋ ਕੇ ਕਦੇ ਵੀ ਨਹੀਂ ਪਿਆ ਜਿਹੜੀ ਸਰਕਾਰ ਨੇ ਦਰਬਾਰ ਸਾਹਿਬ ਤੇ ਸਾਡੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਅਟੈਕ ਕਰਵਾਇਆ ਉਸੇ ਦੀ 92 ਦੇ ਵਿੱਚ ਸਰਕਾਰ ਉਸੇ ਦੀ 2 ਦੇ ਵਿੱਚ ਸਰਕਾਰ ਬਣ ਜਾਂਦੀ ਡੇਰਾ ਪ੍ਰੇਮੀ ਮੁਖੀ ਨੂੰ ਲੈ ਕੇ ਕਿਉਂਕਿ ਰਾਮ ਰਹੀਮ ਨੂੰ ਲੈ ਕੇ ਲਗਾਤਾਰ ਜਦੋਂ ਸ਼੍ਰੋਮਣੀ ਅਕਾਲੀ ਦਲ ਸਰਕਾਰ ਹੁੰਦੀ ਹੈ ਬੇਅਦਬੀ ਹੁੰਦੀ ਹੈ ਤੇ ਮਾਫੀ ਵੀ ਦੋ ਦੇ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਜਿਹੜਾ ਅਕਾਲੀ ਦਲ ਦਾ ਜਿਹੜਾ ਗਰਾਫ ਬਹੁਤ ਜ਼ਿਆਦਾ ਡਿੱਗ ਚੁੱਕਿਆ ਸੀ ਤੇ ਲਗਾਤਾਰ ਕੋਈ ਵੀ ਅਕਾਲੀ ਇਸ ਗੱਲ ਤੇ ਜਵਾਬ ਦੇਣ ਨੂੰ ਤਿਆਰ ਹੀ ਨਹੀਂ ਸੀ ਰਾਮ ਰਹੀਮ ਵਾਲੇ ਮੁੱਦੇ ਤੇ ਪਰ ਬਿਕਰਮ ਮਜੀਠੀਆ ਨੇ ਇਹ ਮੁੱਦਾ ਵੀ ਹੁਣ ਜਿਹੜਾ ਖੁੱਲੇ ਆਮ ਕਹਿਤਾ ਉਹ ਡਿਫਾਲਟਰ ਤੋਂ ਬਿਨਾਂ ਹੀ ਬੋਲਦੇ ਹੁਣ ਗੁਰਮੀਤ ਰਾਮ ਰਹੀਮ ਨੂੰ ਥੇਰੇ ਵਾਲਾ ਜਿਹੜਾ ਇੱਕ ਇਸ ਕਿਸਮ ਦਾ ਹੁਣ ਪੰਛੀ ਬਣ ਗਿਆ ਕਿ ਜਦੋਂ ਵੋਟਾਂ ਲੈਣੀਆਂ ਹੋਣਗੀਆਂ ਉਦੋਂ ਉਹਨੂੰ ਕੱਢ ਲਿਆ ਜਾਊਗਾ ਜਦੋਂ ਵੋਟਾਂ ਲੈ ਲੀਆਂ ਫਿਰ ਪਿੰਜਰੇ ਚ ਤਾੜ ਦਿਆ ਜਾ ਤਾੜ ਦਿੱਤਾ ਜਾਊਗਾ ਪੰਜਾਬ ਦੀ ਹਰ ਵੱਡੀ ਖਬਰ ਤੇ ਵੱਡਾ ਇੰਟਰਵਿਊ ਸਭ ਤੋਂ ਪਹਿਲਾਂ ਦੇਖਣ ਲਈ ਡਾਊਨਲੋਡ ਕਰੋ ਪ੍ਰੋ ਪੰਜਾਬ ਟੀਵੀ ਦਾ ਮੋਬਾਈਲ ਐਪ ਪ੍ਰੋ ਪੰਜਾਬ ਟੀਵੀ ਤੁਸੀਂ ਵੇਖ ਰਹੇ ਹੋ ਤੇ ਮੈਂ ਤੁਹਾਡੇ ਨਾਲ ਮਨਦੀਪ ਜੋਤ ਸਿੰਘ ਬਿਕਰਮ ਮਜੀਠੀਆ ਨੇ ਅੱਜ ਸਭ ਨੂੰ ਹੈਰਾਨ ਕਰ ਦਿੱਤਾ ਜਦੋਂ ਉਹਨਾਂ ਨੇ ਅਮਰਤਪਾਲ ਸਿੰਘ ਤੇ ਨਾਲ ਗੁਰਪਤਵੰਤ ਪੰਨੂ ਦੀ ਕਲਾਸ ਲਗਾਈ ਤੇ ਪਹਿਲੀ ਵਾਰ ਖਾਲਿਸਤਾਨ ਦੇ ਮੁੱਦੇ ਤੇ ਬੜਾ ਨਿਧੜਕ ਹੋ ਕੇ ਬੜਾ ਬੇਬਾਕੀ ਦੇ ਨਾਲ ਉਹਨਾਂ ਨੇ ਆਪਣੀ ਗੱਲ ਰੱਖੀ ਤੇ ਨਾਲ ਹੀ ਹਿੰਦੂ ਸਿੱਖ ਤੇ ਮੁਸਲਮ ਭਾਈਚਾਰੇ ਨੂੰ ਵੀ ਲੈ ਕੇ ਵੱਡੀਆਂ ਗੱਲਾਂ ਕਹਿ ਗਏ ਨੇ ਤੇ ਉਹਨਾਂ ਨੇ ਦੱਸਿਆ ਕਿ ਲਗਾਤਾਰ ਉਹਨਾਂ ਨੂੰ ਫੋਨ ਤੇ ਫੋਨ ਆ ਰਹੇ ਨੇ ਕਿ ਪੰਜਾਬ ਦੇ ਵਿੱਚ ਆਖਰ ਚੱਲ ਕੀ ਰਿਹਾ ਹੈ ਤਾ ਇਸ तमाम ਮੁੱਦਿਆਂ ਤੇ ਸਿਆਸਤ ਕਿਸ ਪ੍ਰਕਾਰ ਕਰਵਟ ਲਵੇਗੀ ਆਉਣ ਵਾਲੇ ਦਿਨਾਂ ਚ ਤਾਂ ਇਸ ਮਸਲੇ ਤੇ ਗੱਲ ਕਰਨ ਦੇ ਲਈ ਮੇਰੇ ਨਾਲ ਮੇਰੇ ਸਹਾਇਕੀ ਵਿਕਰਮ ਮਜੂਨ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਸਮਝਾਂਗੇ ਕਿ ਆਖਰਕਾਰ ਇਹ ਬਿਆਨਬਾਜ਼ੀ ਦੇ ਪਿੱਛੇ ਤਰਕ ਕੀ ਨੇ ਵਿਕਰਮ ਕਿਵੇਂ ਦੇਖਦੇ ਹੋ ਵਿਕਰਮ ਸਿੰਘ ਮਜੀਠੀਆ ਜਦੋਂ ਜੇਲ੍ਹ ਤੋਂ ਆਉਂਦੇ ਨੇ ਤਾਂ ਬੜੀਆਂ ਪ੍ਰੈਸ ਕਾਨਫਰੰਸਾਂ ਕਰਦੇ ਨੇ ਤੇ ਹਰ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਉਹ ਨਿਤੜ ਕਹੋ ਕੇ ਬੋਲਦੇ ਨੇ ਤੇ ਅੱਜ ਤਾਂ ਉਹਨਾਂ ਨੇ ਜਿਹੜਾ ਪੰਜਾਬ ਦੇ ਉਹਨਾਂ ਮੁੱਦਿਆਂ ਨੂੰ ਛੋਹਿਆ ਜਿਹੜੇ ਮੁੱਦੇ ਜਿਹੜੇ ਸੀ ਸ਼੍ਰੋਮਣੀ ਕਾਲੀ ਦਲ ਕਿਤੇ ਨਾ ਕਿਤੇ ਭਸਦਾ ਨਾਜ਼ਰ ਆਉਂਦਾ ਸੀ ਸੁਖਬੀਰ ਸਿੰਘ ਬਾਦਲ ਉਹਨਾਂ ਦੀ ਗੱਲ ਕਰੀਏ ਹਲੇ ਤੱਕ ਕੋਈ ਬਿਆਨ ਅਮਰਤਪਾਲ ਸਿੰਘ ਨੂੰ ਲੈ ਕੇ ਲਗਾਤਾਰ ਮੀਡੀਆ ਪੁੱਛਦੀ ਰਹੀ ਪਰ ਉਹ ਚੁੱਪੀ ਧਾਰੀ ਬੈਠੇ ਨੇ ਪਰ ਜੇ ਅੱਜ ਗੱਲ ਕਰੀਏ ਤਾਂ ਮਜੀਠੀਆ ਉਹਨਾਂ ਨੇ ਤਾਂ ਜਿਹੜਾ ਸਿੱਧਾ ਹੀ ਉਹ ਕਲਾਸ ਲਗਾ ਗਏ ਉਹਨਾਂ ਨੇ ਤਾਂ ਕਹਿ ਦਿੱਤਾ ਕਿ ਡੁਪਲੀਕੇਟ ਡੁਪਲੀਕੇਟ ਹੁੰਦਾ ਤੇ ਨਾਲ ਹੀ ਖਾਲਿਸਤਾਨ ਦੇ ਮੁੱਦੇ ਤੇ ਉਹ ਖੁੱਲਕੇ ਬੋਲੇ ਨੇ ਕਿ ਜੇਕਰ ਪੰਜਾਬੀ ਚ ਆਊਗਾ ਤਾਂ ਇਹ ਸਬਦੇਵਾਰੀ ਗੱਲ ਕਰਾਂਗੇ ਨਹੀਂ ਇਹ ਗੱਲਾਂ ਕਰਨੀਆਂ ਬੇਫਜ਼ੂਲ ਨੇ ਬਿਲਕੁਲ ਮਨਦੀਪ ਜਿਹੜੀ ਗੱਲ ਅੱਜ ਵਿਕਰਮ ਮਜੀਠੀਆ ਨੇ ਕਹੀ ਹੈ ਵਿਕਰਮ ਮਜੀਠੀਆ ਨੇ ਵਾਕਈ ਸਭ ਨੂੰ ਹੈਰਾਨ ਕਰ ਦਿੱਤਾ ਕਿਉਂਕਿ ਜਿਸ ਮਸਲੇ ਤੇ ਅਕਾਲੀ ਦਲ ਚੁੱਪ ਰਿਹਾ ਅਮਰਤਪਾਲ ਸਿੰਘ ਦੀ ਜਿਸ ਤਰੀਕੇ ਨਾਲ ਗ੍ਰੈਂਡ ਐਂਟਰੀ ਹੋਈ ਅਮਰਤਪਾਲ ਸਿੰਘ ਦੇ ਬਿਆਨਾਂ ਤੋਂ ਬਾਅਦ ਵੀ ਅਕਾਲੀ ਦਲ ਚੁੱਪ ਰਿਹਾ ਸੁਖਬੀਰ ਸਿੰਘ ਬਾਦਲ ਕੁਝ ਵੀ ਨਹੀਂ ਬੋਲੇ ਬੇਸ਼ੱਕ ਐਸਜੀਪੀਸੀ ਪ੍ਰਧਾਨ ਹੋਣਾ ਨੇ ਜਾਂ ਐਸਜੀਪੀਸੀ ਨੇ ਤਾਂ ਇਹ ਕਿਹਾ ਕਿ ਜਿਹੜਾ ਕੰਮ ਪਾਰਟੀਆਂ ਨਹੀਂ ਕਰ ਸਕੀਆਂ ਉਹ ਕੰਮ ਅਮਰਤਪਾਲ ਸਿੰਘ ਕਰ ਰਿਹਾ ਯਾਨੀ ਅਮਰਤ ਸ਼ਕਾਉਣ ਦੀ ਗੱਲ ਕਰ ਰਿਹਾ ਪਰ ਬਾਕੀ ਕੋਈ ਅਮਰਤਪਾਲ ਦੇ ਖਿਲਾਫ ਬੋਲਦਾ ਨਜ਼ਰ ਨਹੀਂ ਆਇਆ ਬਿਸ਼ੱਕ ਸਿੱਧੇ ਸਿੱਧਾ ਨਾਂ ਲੈ ਕੇ ਤਾਂ ਮਜੀਠੀਆ ਨੇ ਨਹੀਂ ਕਿਹਾ ਪਰ ਇਸ਼ਾਰਿਆਂ-ਇਸ਼ਾਰਿਆਂ 'ਚ ਉਹਨਾਂ ਨੇ ਵੱਡੀਆਂ ਗੱਲਾਂ ਕਹਿ ਦਿੱਤੀਆਂ ਅਮਰਤਪਾਲ ਸਿੰਘ ਦੇ ਖਿਲਾਫ ਖੁੱਲ੍ਹ ਕੇ ਜਿਸ ਤਰੀਕੇ ਦੇ ਨਾਲ ਬੋਲਦੇ ਵੀ ਨਜ਼ਰ ਆਏ ਮਜੀਠੀਆ ਇਸ਼ਾਰਿਆਂ-ਇਸ਼ਾਰਿਆਂ 'ਚ ਉਹਨਾਂ ਨੇ ਕਿਹਾ ਕਿ ਜਿਹੜਾ ਡੁਪਲੀਕੇਟ ਡੁਪਲੀਕੇਟ ਹੁੰਦਾ ਅਸਲੀ ਅਸਲੀ ਹੁੰਦਾ ਤਾਂ ਖਾਲਸਪੁਰ ਦੀ ਮਸਲੇ ਤੇ ਵੀ ਉਹਨਾਂ ਨੇ ਵੱਡੀ ਗੱਲ ਕਹੀ ਹੈ ਉਹਨਾਂ ਨੇ ਸਟੈਂਡ ਆਪਣਾ ਕਲੀਅਰ ਕਰ ਦਿੱਤਾ ਕਹਿੰਦੇ ਕਿ ਖਾਲ ਜਿਹੜਾ ਜੇ ਪੰਜਾਬੀ ਚਾਉਣਗੇ ਸਾਰੇ ਧਰਮ ਚਾਉਣਗੇ ਤਾਂ ਬਣੇਗਾ ਖਾਲਿਸਤਾਨ ਕਿੱਥੇ ਬਣਾਉਣਗੇ ਨਾਲੇ ਗੁਰਪਤਵੰਤ ਪੰਨੂ ਦੀ ਗੱਲ ਕਹਿਗੇ ਮਜੀਠੀਆ ਉਹ ਕਹਿੰਦੇ ਕਿ ਜਿਹੜਾ ਬੈਠਾ ਉਹ ਤਿੱਖੇ ਸ਼ਬਦ ਉਹਨਾਂ ਨੇ ਵਰਤੇ ਆ ਕਹਿੰਦੇ ਕਿ ਬਾਹਰ ਬੈਠਾ ਜਿਹੜਾ ਬੋਲ ਰਿਹਾ ਡਰਪੂਤਰ ਇਸ ਤਰ੍ਹਾਂ ਦੇ ਕੜੇ ਸ਼ਬਦ ਉਹਨਾਂ ਨੇ ਵਰਤੇ ਕਹਿੰਦੇ ਕਿ ਆ ਇੱਥੇ ਇੰਡੀਆ ਆ ਕੇ ਗੱਲ ਕਰ ਡਰਦਾ ਕਿਉਂ ਹੈ ਜੇ ਮਾਂ ਦਾ ਦੁੱਧ ਪੀਤਾ ਤੇ ਵੰਗਾ ਰਿਆ ਵੀ ਹੈ ਗੁਰਪਤਵੰਤ ਪੰਨੂ ਨੂੰ ਔਰ ਖਾਲਿਸਤਾਨ ਦੇ ਮਸਲੇ ਤੇ ਤਾਂ ਉਹਨਾਂ ਨੇ ਆਪਣਾ ਸਟੈਂਡ ਕਲੀਅਰ ਕਰ ਦਿੱਤਾ ਨਾਲ ਹੀ ਵੱਡੀ ਗੱਲ ਜਿਹੜੀ ਹੈ ਮਨਦੀਪ ਮਜੀਠੀਆ ਨੇ ਅੱਜ ਇਹ ਵੀ ਗ ਕੀ ਹਿੰਦੂ ਸਿੱਖ ਮੁਸਲਮ ਐਸਾਈ ਸਾਰੇ ਭਾਈਚਾਰਿਆਂ ਦੇ ਨਾਲ ਮਜੀਠੀਆ ਖੜਾ ਮਜੀਠੀਆ ਲੜਦਾ ਨਜ਼ਰ ਆਏਗਾ ਇਹ ਗੱਲ ਕਹੀ ਆ ਤਾਂ ਜਿਸ ਹਸਾਬ ਨਾਲ ਅਮਰਤਪਾਲ ਦੇ ਬਿਆਨਾਂ ਦੇ ਨਾਲ ਜੋ ਪੰਥਕ ਵੋਟ ਜਿਹੜਾ ਕਨਸੋਲੀਡੇਟ ਹੋ ਰਿਹਾ ਜਿਸ ਤਰੀਕੇ ਦੇ ਨਾਲ ਤਾਂ ਉਸ ਤੋਂ ਬਾਅਦ ਮਜੀਠੀਆ ਦੀ ਕਿਤੇ ਨਾ ਕਿਤੇ ਕੋਸ਼ਿਸ਼ ਕੀਤੀ ਜਾ ਸਕਦੀ ਹੈ ਵਿਚ ਸੁਖਬੀਰ ਬਾਦਲ ਨੇ ਹੁਣ ਤੱਕ ਚੁੱਪੀ ਧਾਰੀ ਰੱਖੀ ਪਰ ਮਜੀਠੀਆ ਖੁੱਲ ਕੇ ਬੋਲੇ ਆ ਕਿਉਂਕਿ ਜਿਸ ਤਰੀਕੇ ਨਾਲ ਕਿਹਾ ਜਾਂਦਾ ਨਾ ਲੀਡਰ ਉਹੀ ਹੁੰਦਾ ਜਿਹੜਾ ਫੈਸਲਾ ਕੂਨ ਹੋਵੇ ਲੀਡਰ ਜਿਹੜਾ ਫੈਸਲਾ ਲਵੇ ਮੈਨੂੰ ਲੱਗਦਾ ਮਜੀਠੀਆ ਨੇ ਫੈਸਲਾ ਲੈ ਲਿਆ ਮਨਦੀਪ ਕੇ ਵਿਕਰਮ ਮਜੀਠੀਆ ਹਿੰਦੂ ਭਾਈਚਾਰੇ ਦੇ ਨਾਲ ਖੜਨਗੇ ਔਰ ਕੋਸ਼ਿਸ਼ੇ ਕੀਤੀ ਜਾ ਸਕਦੀ ਹੈ ਕਿ ਹਿੰਦੂ ਭਾਈਚਾਰਾ ਜਿਹੜਾ ਅਕਾਲੀ ਦਲ ਦੇ ਨਾਲ ਜੋੜਿਆ ਜਾਵੇ ਕਿਉਂਕਿ ਜਿਸ ਤਰੀਕੇ ਦੇ ਨਾਲ 1984 ਦਾ ਅਸੀਂ ਜ਼ਿਕਰ ਕਰਦੇ ਹਾਂ ਤਾਂ ਕਾਂਗਰਸ ਨੇ ਅਟੈਕ ਕਰਵਾਇਆ ਕਾਂਗਰਸ ਦੀ ਫਿਰ ਉਸ ਤੋਂ ਬਾਅਦ ਫਿਰ 92 ਦੇ ਵਿੱਚ ਸਰਕਾਰ ਬਣਾ ਬਣਾ ਦਿੱਤੀ ਜਾਂਦੀ ਹੈ ਪੰਜਾਬੀ ਭੁਗਦੇ ਆ ਕਾਂਗਰਸ ਦੇ ਹੱਕ ਦੇ ਵਿੱਚ ਤਾਂ ਕਿਤੇ ਨਾ ਕਿਤੇ ਹਿੰਦੂ ਭਾਈਚਾਰੇ ਨੂੰ ਨਾਲ ਲੈਣ ਦੀ ਕੋਸ਼ਿਸ਼ ਕਰ ਰਿਹਾ ਕਿ ਅਕਾਲੀ ਦਲ ਦੇ ਨਾਲ ਹਿੰਦੂ ਭਾਈਚਾਰਾ ਜੁੜੇ ਵੱਡੀ ਗਿਣਤੀ ਦੇ ਵਿੱਚ ਇਹ ਕੋਸ਼ਿਸ਼ ਕੀਤੀ ਜਾ ਸਕਦੀ ਹੈ ਤਾਂ ਸਾਰੇ ਬੰਨੋ ਸ਼ਾਇਦ ਗੇਮ ਕਮਾਉਣ ਦੀ ਕੋਸ਼ਿਸ਼ ਕਰ ਰਹੇ ਹੋ ਸੱਕੀ ਇਹ ਦੇਖਣਾ ਹੋਊਗਾ ਕਿ ਵਾਕਈ ਇਹ ਬਿਆਨ ਮਜੀਠੀਆ ਦੇ ਗੇਮ ਚੇਂਜਰ ਸਾਬਤ ਹੁੰਦੇ ਆ ਕਿ ਨਹੀਂ ਵਿਕਰਮ ਮਜੀਠੀਆ ਅਕਾਲੀ ਦਲ ਦੇ ਲਈ ਗੇਮ ਚੇਂਜਰ ਸਾਬਤ ਹੁੰਦੇ ਆ ਕਿ ਨਹੀਂ ਕਿਉਂਕਿ ਬੇਸ਼ੱਕ ਭਾਸ਼ਣ ਜਿਹੜੇ ਮਜੀਠੀਆ ਦਿੰਦੇ ਆ ਰੈਲੀਆਂ ਦੇ ਵਿੱਚ ਲੋਕ ਸੁਣਦੇ ਆ ਯੂਥ ਜਿਹੜਾ ਉਹ ਕਿਹਾ ਜਾਂਦਾ ਕਿ ਜਿਹੜੇ ਅਕਾਲੀ ਦਲ ਨੂੰ ਜਿਹੜਾ ਯੂਥ ਫਾਲੋ ਕਰ ਰਿਹਾ ਉਹ ਮਜੀਠੀਆ ਨੂੰ ਸੁਣਦਾ ਇਹ ਗੱਲਾਂ ਅਕਾਲੀ ਦਲ ਦੇ ਟਾਪ ਦੇ ਲੀਡਰ ਵੀ ਮੰਨਦੇ ਆ ਪਰ ਜਿਹਦਾ ਅੱਜ ਸਟੈਂਡ ਉਹਨਾਂ ਨੇ ਲਿਆ ਖਾਸ ਤੌਰ ਤੇ ਅਮਰਤਪਾਲ ਦੇ ਬਾਰੇ ਬੋਲੇ ਆ ਕਿਉਂਕਿ ਅਮਰਤਪਾਲ ਦੇ ਬਾਰੇ ਇਸ ਕਰਕੇ ਨਹੀਂ ਅਕਾਲੀ ਬੋਲੇ ਕਿ ਸਿੱਖਾਂ ਦੇ ਵਿੱਚ ਅਮਰਤਪਾਲ ਨੇ ਇੱਕ ਛਾਪ ਬਣਾ ਲਈ ਆ ਮਨੀਤ ਔਰ ਸਿੱਖਾਂ ਚ ਛਾਪ ਬਣਾਉਣ ਕਰਕੇ ਜੇ ਅਸੀਂ ਕਿਤੇ ਬੋਲਦੇ ਆ ਕਿਉਂਕਿ ਅਮਰਤਪਾਲ ਦੇ ਜਿਸ ਤਰ੍ਹਾਂ ਦੇ ਪਿਛਲੇ ਦਿਨੀ ਬਿਆਨ ਆਏ ਤਾਂ ਇਹ ਵੀ ਗੱਲ ਕਹੀ ਹੈ ਕਿ ਏਜੰਸੀਆਂ ਰੋਕਦੀਆਂ ਕਿਉਂ ਨਹੀਂ ਅਮਰਤਪਾਲ ਨੂੰ ਬਹੁਤ ਖੁੱਲ ਕੇ ਬੋਲੇ ਮਜੀਠੀਆ ਅੱਜ ਕਹਿੰਦੇ ਮੈਨੂੰ ਤਾਂ ਹੈਰਾਨੀ ਹੁੰਦੀ ਹੈ ਮੁੱਖ ਮੰਤਰੀ ਸਾਹਿਬ ਰੋਕ ਦੇ ਕਿਉਂ ਨਹੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਤਾਂ ਕਹਿੰਦੇ ਜਿਹੜਾ ਭਾਈਚਾਰਿਆਂ ਦੇ ਖਿਲਾਫ ਬੋਲ ਰਿਹਾ ਔਰ ਨਾਲ ਹੀ ਸੁਦੀਰ ਸੂਰੀ ਦਾ ਵੀ ਜ਼ਿਕਰ ਕਰਕੇ ਖਾਸ ਤੌਰ ਤੇ ਉਹ ਪਰ ਅਮਰਤਪਾਲ ਦੇ ਬਾਰੇ ਜਿਹੜਾ ਬੋਲੇ ਆ ਜਾਂ ਪੰਨੂ ਦੇ ਬਾਰੇ ਬੋਲੇ ਆ ਪਹਿਲੀ ਵਾਰ ਖਾਲਸਤਾਨ ਦੇ ਮਸਲੇ ਤੇ ਮਜੀਠੀਆ ਦਾ ਸਟੈਂਡ ਆ ਮਜੀਠੀਆ ਕਹਿੰਦੇ ਕਿ ਕੋਈ ਅਸੀਂ ਮਾਰ ਕੱਟ ਨਹੀਂ ਚਾਹੁੰਦੇ 15-15 ਸਾਲ ਦੇ ਮੁੰਡੇ ਪਿੱਛੇ ਲਾ ਕੇ ਕਹਿੰਦੇ ਮਰਵਾਉਣੇ ਆ ਮੁੰਡੇ ਪੰਜਾਬ ਦੇ ਲੋਕਾਂ ਦਾ ਪੰਜਾਬ ਦੇ ਨੌਜਵਾਨਾਂ ਦਾ ਪੰਜਾਬ ਦੇ ਮੁੰਡਿਆਂ ਦਾ ਲਾਉ ਡੁਲਾਉਣਾ ਚਾਹੁੰਦੇ ਆ ਤੁਸੀਂ ਕਾ ਇਹ ਖੁੱਲ ਕੇ ਤਾਂ ਕਲੀਅਰ ਕਰ ਗਏ ਮਜੀਠੀਆ ਵੀ ਮਜੀਠੀਆ ਦੇਖਣਾ ਹੋਊਗਾ ਹੁਣ ਕੀ ਵਾਕਿ ਹਿੰਦੂ ਭਾਈਚਾਰਾ ਮਜੀਠੀਆ ਨਾਲ ਜੁੜਦਾ ਐਸਾਈ ਭਾਈਚਾਰਾ ਮੁਸਲਮਾਨ ਭਾਈਚਾਰਾ ਮਜੀਠੀਆ ਦੇ ਇਸ ਬਿਆਨ ਤੋਂ ਬਾਅਦ ਅਕਾਲੀ ਦਲ ਦੇ ਨਾਲ ਜੁੜਦਾ ਕਿ ਨਹੀਂ ਹਾਂ ਬਿਕਰਮ ਇੱਕ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਮੰਨਿਆ ਜਾਂਦਾ ਕਿ ਪੰਥਕ ਪਾਰਟੀ ਹੈ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਕਿਹਾ ਗਿਆ ਕਿ ਸਿੱਖਾਂ ਪ੍ਰਤੀ ਅਸੀਂ ਸੋਚਦੇ ਹਾਂ ਜਿਹੜੇ ਸਿੱਖੀ ਜਮ ਨਾਲ ਕੋਈ ਵੀ ਰਿਲੇਟਡ ਇਸ਼ੂ ਨੇ ਧਾਰਮਿਕ ਮੁੱਦਿਆਂ ਤੇ ਦੀ ਸਿਆਸਤ ਹੈ ਉਹ ਨਾ ਕੀਤੀ ਜਾਵੇ ਜਦੋਂ ਐਸਜੀਪੀਸੀ ਇਲੈਕਸ਼ਨ ਸੀ ਤਾਂ ਉਦੋਂ ਵੀ ਉਹਨਾਂ ਨੇ ਕਿਹਾ ਕਿ ਐਸਜੀਪੀਸੀ ਜਿਹੜੀ ਜਮਾਤ ਆ ਉਹ ਸਿੱਖਾਂ ਦੀ ਜਮਾਤ ਆ ਤੇ ਇਹਦੇ ਵਿੱਚ ਬਾਹਰੋਂ ਆ ਕੇ ਕਈ ਪਾਰਟੀਆਂ ਇੰਟਰਫੇਅਰ ਕਰ ਰਹੀਆਂ ਪਰ ਇਹ ਸਭ ਦੇ ਵਿਚਾਲੇ ਇੱਕ ਬੇਹਦ ਦਿਲਚਸਪ ਗੱਲ ਉਹਨਾਂ ਨੇ ਮਜੀਠੀ ਪੁਛਿਆ ਗਿਆ ਕਿ ਭਾਈ ਬਾਹਰਲੇ ਸ਼ਹਿਰ ਦੇਸ਼ਾਂ 'ਚ ਤਾਂ ਰੈਫਰੰਡਮ ਹੋ ਰਿਹਾ ਤਾਂ ਉਹਨਾਂ ਨੇ ਕਿਹਾ ਕਿ ਕੈਨੇਡਾ ਦੇ ਵਿੱਚ ਰੈਫਰੰਡਮ ਹੋ ਰਿਹਾ ਹੈ ਅਮਰੀਕਾ 'ਚ ਤੁਸੀਂ ਰੈਫਰੰਡਮ ਕਰਾਓ ਜੇ ਮਰਜ਼ੀ ਕਰਾਓ ਕਹਿੰਦੇ ਕਿ ਖਾਲਿਸਤਾਨ ਤੁਹਾਨੂੰ ਕੈਨੇਡਾ ਅਮਰੀਕਾ ਨੇ ਥੋੜੀ ਦੇ ਦੇਣਾ ਉਹਨਾਂ ਨੇ ਇਹ ਗੱਲ ਵੀ ਕਹੀ ਹੈ ਕਿ ਜੇ ਤੁਸੀਂ ਰੈਫਰੰਡਮ ਕਰਾਉਣਾ ਹੈ ਤੁਸੀਂ ਪੰਜਾਬ ਦੇ ਲੋਕਾਂ ਤੋਂ ਪੁੱਛੋ ਨਾ ਉਹਨਾਂ ਨੇ ਸਿੱਧਾ ਕਿਹਾ ਕਿ ਪੰਜਾਬ ਦੇ ਲੋਕਾਂ ਤੋਂ ਪੁੱਛੋ ਤੇ ਨਾਲ ਇਹ ਗੱਲ ਵੀ ਐਡ ਕੀਤੀ ਹੈ ਕਿ ਪੰਜਾਬ ਦੇ ਵਿੱਚ ਤਾਂ ਸਿੱਖ, ਹਿੰਦੂ, ਕ੍ਰਿਸਚੀਅਨ ਕਮਿਊਨਿਟੀ ਇਕੱਠੇ ਰਹਿੰਦੇ ਨੇ ਤੇ ਪੰਜਾਬ 'ਚ ਆ ਕੇ ਪੁੱਛੋ ਕਿ ਪਸੋਂ ਨੂੰ ਖਾਲੀਸਾਨ ਕਿਹਨੂੰ ਚਾਹੀਦਾ ਤਾਂ ਉਹਨਾਂ ਨੇ ਬੜੇ ਬੇਤੜਕ ਹੋ ਗਏ ਬਿਆਨਬਾਜ਼ੀ ਜਿਹੜੀ ਅੱਜ ਕੀਤੀ ਆ ਤਾਂ ਇਹਨਾਂ ਦਾ ਕੀ ਮਤਲਬ ਕੱਢਿਆ ਜਾਵੇ ਕਿਉਂਕਿ ਅਕਾਲੀ ਦਾ ਲਗਾਤਾਰ ਪੰਥਕ ਮਸਲਿਆਂ ਨੂੰ ਲੈ ਕੇ ਚਿੰਤਾ ਜ਼ਾਹਰ ਕਰਦਾ ਸੀ ਤੇ ਹੁਣ ਨਾਲ ਹੀ ਜਿਹੜਾ ਅਮਰਤਪਾਲ ਉਹਨਾਂ ਦੇ ਬਾਰੇ ਕਿ ਉਹਨਾਂ ਨੇ ਹੋਰ ਗੱਲ ਕਹੀ ਕਿ ਮੈਨੂੰ ਅੰਮ੍ਰਿਤਸਰ ਤੋਂ ਫੋਨ ਆ ਰਹੇ ਨੇ ਤੇ ਕਿ ਲੋਕ ਕਹਿ ਰਹੇ ਨੇ ਕਿ ਮਾਹੌਲ ਠੀਕ ਨਹੀਂ ਹੈ ਅੰਮ੍ਰitsar ਹਾਲਾਂਕਿ ਗੁਰੂ ਕੀ ਨਗਰੀ ਹੈ ਤੇ ਉਹ ਲਗਾਤਾਰ ਅਮਰਤਪਾਲ ਵੀ ਅੰਮ੍ਰitsar ਦੇ ਪਿੰਡ 'ਚ ਹੀ ਰਹਿੰਦਾ ਹੈ ਤੇ ਮਜੀਠੀਆ ਉਹ ਨਹੀਂ ਬਿਆਨ ਦਿੰਦੇ ਨੇ ਕਿ ਅਮਰ ਮੈਨੂੰ ਅੰਮ੍ਰitsar ਤੋਂ ਫੋਨ ਆ ਰਹੇ ਨੇ ਕਿ ਮਾਹੌਲ ਪੰਜਾਬ ਦੇ ਵਿੱਚ ਉਹ ਠੀਕ ਨਹੀਂ ਰਿਹਾ ਮਨਦੀਪ ਦੇਖੋ ਮਜੀਠੀਆ ਦੇ ਬਿਆਨ ਦੀ ਰਾਜਨੀਤੀ ਸਮਝਣ ਦੀ ਲੋੜ ਹੈ ਜਿਸ ਤਰੀਕੇ ਦੇ ਨਾਲ ਵਿਕਰਮ ਮਜੀਠੀਆ ਨੇ ਤਾਂ ਲਕੀਰ ਖਿੱਚ ਦਿੱਤੀ ਹੈ ਕਿ ਵਿਕਰਮ ਮਜੀਠੀਆ ਆਉਣ ਵਾਲੇ ਦਿਨਾਂ 'ਚ ਕੀ ਕਰਨ ਜਾ ਰਹੇ ਹੈ ਇਹ ਮਜੀਠੀਆ ਨੇ ਸਪਸ਼ਟ ਕਰ ਦਿੱਤਾ ਮਜੀਠੀਆ ਨੇ ਸਾਫ਼ ਕਰ ਦਿੱਤਾ ਕਿ ਸਿੱਖਾਂ ਦੇ ਨਾਲ ਨਾਲ ਵਿਕਰਮ ਮਜੀਠੀਆ ਦੂਸਰੇ ਭਾਈਚਾਰਿਆਂ ਦਾ ਸਾਥ ਲੈਣਾ ਚਾਹੁੰਦੇ ਆ। ਔਰ ਹੁਣ ਤੱਕ ਅਕਾਲੀ ਦਲ ਇਸ ਤੇ ਵੇਟ ਐਂਡ ਵਾਚ ਵਾਲੀ ਸਿਚੁਏਸ਼ਨ ਦੇ ਵਿੱਚ ਸੀ ਕਿ ਦੇਖੀਏ ਹੌਲੀ-ਹੌਲੀ ਕੀ ਹੁੰਦਾ ਉਸ ਹਿਸਾਬ ਦੇ ਨਾਲ ਅਸੀਂ ਪਾਸਾ ਲਵਾਂਗੇ ਉਸ ਹਿਸਾਬ ਨਾਲ ਪਾਲਾ ਲਵਾਂਗੇ ਅਸੀਂ ਇਹ ਇਹ ਸੋਚ ਰਿਆ ਸੀ ਅਕਾਲੀ ਦਲ ਪਰ ਮਜੀਠੀਆ ਨੇ ਕਲੀਅਰ ਕਟ ਅੱਜ ਸਾਫ ਸਟੈਂਡ ਆਫ ਦਾ ਦਿਖਾ ਦਿੱਤਾ ਕਿ ਉਹ ਅਮਰਤਪਾਲ ਦੇ ਖਿਲਾਫ ਬੋਲਣਗੇ ਵੀ ਹੋ ਸਕਦਾ ਉਹਨਾਂ ਵਾਲੇ ਦਿਨਾਂ 'ਚ ਖੁੱਲ੍ਹ ਕੇ ਬੋਲਣ ਲੱਗ ਜਾਣ ਔਰ ਇੱਕ ਗੱਲ ਹੋਰ ਉਹਨਾਂ ਨੇ ਕਿ ਸੰਤ ਭਿੰਡਰਾਂ ਵਾਲਿਆਂ ਦਾ ਜ਼ਿਕਰ ਕਰਦਿਆਂ ਉਹਨਾਂ ਦੇ ਪ੍ਰਤੀ ਤਾਂ ਜ਼ਰੂਰ ਜਿਹੜਾ ਮਨ ਦੇ ਵਿੱਚ ਇੱਜ਼ਤ ਜਿਹੜੀ ਆ ਉਹ ਜ਼ਾਹਿਰ ਵੀ ਉਹਨਾਂ ਨੇ ਕੀਤੀ ਹੈ ਸਾਫ ਤੌਰ ਤੇ ਪਰ ਇਹ ਕਿਹਾ ਇਹ ਵੀ ਜਿਹੜੀ ਗੱਲ ਸਪਸ਼ਟ ਕਰ ਦਿੱਤੀ ਕਿ ਡੁਪਲੀਕੇਟ ਡੁਪਲੀਕੇਟ ਹੁੰਦਾ ਅਸਲੀ ਅਸਲੀ ਹੁੰਦਾ ਤਾਂ ਜਿਹੜਾ ਗੱਲ ਵਾਸਤੇ ਜਾਣਿਆ ਜਾਂਦਾ ਕਿ ਮਜੀਠੀਆ ਨਿਸ਼ਾਨੇ ਜਿਹੜੇ ਆ ਸਾਧ ਦੇ ਅਜਿਹੇ ਤਰੀਕੇ ਦੇ ਨਾਲ ਉਸ ਹਾਬਲਾ ਨਿਸ਼ਾਨਿਆਂ ਨਿਸ਼ਾਨ ਵਾਲੀ ਰੈਫਰੈਂਡਮ ਵਾਲੀ ਗੱਲ ਵੀ ਕਲੀਅਰ ਕਰ ਗਏ ਕਿ ਕੈਨੇਡਾ ਅਮਰੀਕਾ ਨੇ ਥੋੜੀ-ਥੋੜੀ ਖਾਲੀ ਥਾਂ ਦੇਣਾ ਹੈ ਜੇ ਹਿੰਮਤ ਆ ਤਾਂ ਪੰਜਾਬ ਚ ਕਰਾਓ ਇਹ ਗੱਲ ਤਾਂ ਗੁਰਪਤਵੰਤ ਪੰਨੋ ਨੂੰ ਸਿੱਧਾ ਚੈਲੰਜ ਕਰਤਾ ਵਿਕਰਮਜੀਤਿਆ ਨੇ ਕਹਿੰਦੇ ਕਿ ਜੇ ਮਾਂ ਦਾ ਦੁੱਧ ਪੀਤਾ ਤਾਂ ਭਾਈ ਆ ਫਿਰ ਪੰਜਾਬ ਦੇ ਵਿੱਚ ਵਾੜਾ ਪੰਜਾਬ ਦੇ ਵਿੱਚ ਦੇਖ ਆ ਕੇ ਫਿਰ ਤਾਂ ਨਾਲ ਹੀ ਕਿ ਰੈਫਰੈਂਡਮ ਜਿਹੜਾ ਤੂੰ ਬਾਅਦ ਤੱਕ ਕਰਵਾ ਰਿਆ ਉਹ ਨਾਲ ਹੀ ਜ਼ਿਕਰ ਕੀਤਾ ਕਿ ਭਾਈ ਸਾਬਤ ਕੋਈ ਸਰੂਪ ਕੋਈ ਸਿੱਖ ਥੋੜੀ ਐ ਤੂੰ ਜਿਹੜਾ ਸਿੱਖੀ ਦਾ ਸਰੂਪ ਆ ਕੋਈ ਨਾ ਤਾਂ ਤੂੰ ਦਸਤਾਰ ਧਾਰੀ ਐ ਨਾ ਕੋਈ ਦਾੜਾ ਪ੍ਰਕਾਸ਼ ਕਰਿਆ ਇਸ ਤਰ੍ਹਾਂ ਦੀ ਗੱਲ ਖੁੱਲ ਕੇ ਬੋਲਿਆ ਵਿਕਰਮ ਮਜੀਠੀਆ ਤਾਂ ਰੈਫਰੰਡਮ ਵਾਲੇ ਮਸਲੇ ਤੇ ਵੀ ਸਟੈਂਡ ਕਲੀਅਰ ਕਰ ਦਿੱਤਾ ਕਿ ਵਿਕਰਮ ਮਜੀਠੀਆ ਇਹਦੇ ਹੱਕ ਦੇ ਵਿੱਚ ਨਹੀਂ ਐ ਵਿਕਰਮ ਮਜੀਠੀਆ ਖਾਲਸਾਣ ਦੇ ਹੱਕ ਦੇ ਵਿੱਚ ਨਹੀਂ ਐ ਇਹ ਗੱਲ ਵੀ ਵਿਕਰਮ ਮਜੀਠੀਆ ਨੇ ਕਲੀਅਰ ਕਰ ਦਿੱਤੀ ਐ ਪਰ ਇਹ ਜਰੂਰ ਹੁਣ ਦੇਖਣਾ ਹੋਊਗਾ ਕਿ ਇਹਦਾ ਅਸਰ ਮਨਦੀਪ ਕਿੰਨਾ ਕੁ ਪੈਂਦਾ ਆਕਾਲੀ ਦਲ ਹਾਸ਼ੀਏ ਤੇ ਗਿਆ ਅਕਾਲੀ ਦਲ ਇੰਨਾ ਡਾਊਨ ਗਿਆ ਕਿ ਬਿਕਰਮ ਮਜੀਠੀਆ ਦੇ ਇਹਨਾਂ ਬਿਆਨਾਂ ਕਰਕੇ ਅਕਾਲੀ ਦਲ ਦਾ ਗ੍ਰਾਫ ਉੱਪਰ ਆਉਂਦਾ ਕਿ ਨਹੀਂ ਆਉਂਦਾ ਇਹਨਾਂ ਸਾਰੀਆਂ ਚੀਜ਼ਾਂ ਨਾਲ ਕਿਉਂਕਿ ਜਿਸ ਤਰੀਕੇ ਨਾਲ ਪੰਥ ਦੂਰ ਹੋਇਆ ਅਕਾਲੀ ਦਲ ਤੋਂ ਸਿੱਖ ਜਿਹੜੇ ਆ ਦੂਰ ਹੋਇਆ ਅਕਾਲੀ ਦਲ ਤੋਂ ਬੇਅਦਬੀ ਤੋਂ ਬਾਅਦ ਔਰ ਖਾਸ ਤੌਰ ਤੇ ਜਿਹੜੇ ਬਿਆਨਬਾਜ਼ੀ ਸੀ ਬਈਆਂ ਕੁਝ ਲੀਡਰ ਜਿਹੜੇ ਭਾਵੇਂ ਸੁੱਚਾ ਸਿੰਘ ਲਗਾ ਹੁਣ ਹੋਰ ਬਹੁਤ ਸਾਰੇ ਲੀਡਰ ਜਿਨ੍ਹਾਂ ਦੇ ਜਿਹੜੇ ਆ ਗਲਤ ਕੰਮਾਂ ਦੀ ਗੱਲ ਅਸੀਂ ਕਹੀ ਹੈ ਜਾਂ ਜਿਨ੍ਹਾਂ ਦੀਆਂ ਬਿਆਨਬਾਜ਼ੀਆਂ ਕਰਕੇ ਬਹੁਤ ਸਾਰੇ ਲੀਡਰ ਜਾਂ ਆਪਸੀ ਫੋਟੋ ਦੇ ਕਰਕੇ ਵੀ ਜਿਹੜਾ ਅਕਾਲੀ ਦਲ ਹਾਸ਼ੀ ਤੇ ਗਿਆ ਔਰ ਹੁਣ ਜਿਹੜੇ ਪੰਥ ਦੇ ਨਾਲ ਨਾਲ ਦੂਜੇ ਧਰਮਾਂ ਨੂੰ ਨਾਲ ਲੈਣ ਦੀ ਰਾਜਨੀਤੀ ਹੈ ਵਿਕਰਮਜੀਤਿਆ ਦੀ ਇਹ ਬੇਹਤ ਸਮਝਣ ਦੀ ਲੋੜ ਹੈ ਕਿਉਂਕਿ ਸਿੱਖ ਵੋਟ ਆ ਜਿਹੜਾ ਮਨਦੀਪ ਉਹ ਕਦੇ ਇਕੱਠਾ ਨਹੀਂ ਭੁਗਤਦਾ ਇਹ ਕਿਹਾ ਜਾਂਦਾ ਮਹਾਰੇ ਮੰਦੇ ਆ ਕਿ ਜਿਹੜਾ ਸਿੱਖ ਵੋਟ ਆ ਉਹ ਇੱਕ ਮੁਠੀ ਹੋ ਕੇ ਕਦੇ ਵੀ ਨਹੀਂ ਪਿਆ ਕਿਉਂਕਿ ਪਹਿਲਾਂ ਵੀ ਅਸੀਂ ਜ਼ਿਕਰ ਕੀਤਾ 84 ਚ ਕਤਲਿਆਮ ਹੁੰਦਾ 84 ਦੇ ਵਿੱਚ ਜਿਹੜੀ ਸਰਕਾਰ ਨੇ ਜਿਹੜੀ ਸਰਕਾਰ ਨੇ ਦਰਬਾਰ ਸਾਹਿਬ ਤੇ ਸਾਡੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਅਟੈਕ ਕਰਵਾਇਆ ਉਸੇ ਦੀ 92 ਦੇ ਵਿੱਚ ਸਰਕਾਰ ਉਸੇ ਦੀ 2 ਦੇ ਵਿੱਚ ਸਰਕਾਰ ਬਣ ਜਾਂਦੀ ਹੈ ਤਾਂ ਜਿਸ ਤਰੀਕੇ ਨਾਲ ਕਾਂਗਰਸ ਨੂੰ ਵੋਟਾਂ ਪੈਂਦੀਆਂ ਰਹੀਆਂ ਕਿਉਂਕਿ ਅਕਾਲ ਤਖਤ ਸਾਹਿਬ ਦਰਬਾਰ ਸਭ ਤੋਂ ਤਾਂ ਵੱਡਾ ਸਿੱਖਾਂ ਵਾਸਤੇ ਕੁਝ ਵੀ ਨਹੀਂ ਹੈ ਨਾ ਉਹਨਾਂ ਤੇ ਅਟੈਕ ਹੋਣ ਤੋਂ ਬਾਅਦ ਵੀ ਜੇ ਤੁਸੀਂ ਉਹਨਾਂ ਦੀਆਂ ਸਰਕਾਰਾਂ ਬਣਾ ਸਕਦੇ ਹੋ ਤਾਂ ਫਿਰ ਆ ਕਿਉਂਕਿ ਹਿੰਦੂ ਜਿਹੜਾ ਕਾਂਗਰਸ ਨੂੰ ਭੁਗਤਦਾ ਰਿਹਾ ਤਾਂ ਇਹ ਕੋਸ਼ਿਸ਼ ਹੈ ਮੈਨੂੰ ਲੱਗਦਾ ਵਿਕਰਮ ਮਜੀਠੀਆ ਉਹਨਾਂ ਦੀ ਜਿਸ ਤਰ੍ਹਾਂ ਮਨਦੀਪ ਮਹਾਰਾ ਨਾਲ ਵੀ ਕਈਆਂ ਨਾਲ ਗੱਲਬਾਤ ਹੋਈ ਕੀ ਆਖਰ ਵਿਕਰਮ ਮਜੀਠੀਆ ਦੇ ਇਸ ਬਿਆਨ ਦੇ ਮਾਇਨੇ ਸਮਝਣ ਦੀ ਕੋਸ਼ਿਸ਼ ਕੀਤੀ ਕਿ ਮਾਇਨਾ ਕੀ ਨਿਕਲਦਾ ਤਾਂ ਹਿੰਦੂਆਂ ਨੂੰ ਨਾਲ ਲੈਣ ਦੀ ਕੋਸ਼ਿਸ਼ ਐਸਆਈ ਭਾਈਚਾਰੇ ਨੂੰ ਨਾਲ ਲੈਣ ਦੀ ਕੋਸ਼ਿਸ਼ ਔਰ ਜਿਹੜੇ ਵੀ ਬਾਕੀ ਸਿੱਖਾਂ ਦੇ ਨਾਲ ਨਾਲ ਬਾਕੀ ਦੇ ਭਾਈਚਾਰੇ ਉਹਨਾਂ ਨੂੰ ਕਲਾਵੇ ਚ ਲੈਣ ਦੀ ਕੋਸ਼ਿਸ਼ ਦੇ ਵਿੱਚ ਆ ਬਿਕਰਮ ਮਜੀਠੀ ਆ ਪਰ ਦੇਖਣਾ ਹੈ ਕਿ ਸੁਖਬੀਰ ਬਾਦਲੇ ਦੇਤੇ ਕੀ ਰਿਐਕਟ ਕਰਦੇ ਆ ਜਾਂ ਆਕਾਲੀ ਦਲ ਦੀ ਹੋਰ ਲੀਡਰਸ਼ਿਪ ਇਹਦੇ ਤੇ ਕੀ ਰਿਐਕਟ ਕਰਦੀ ਆ ਪਰ ਹੋਰ ਕਿਸੇ ਨੇ ਅਜੇ ਤੱਕ ਅਮਰਤਪਾਲ ਦੇ ਖਿਲਾਫ ਬੋਲਣ ਦੀ ਜਿਹੜੀ ਆ ਕੋਸ਼ਿਸ਼ ਨਹੀਂ ਕੀਤੀ ਤਾਂ ਖੁੱਲਕੇ ਨਿਸ਼ਾਨਿਆਂ ਨਿਸ਼ਾਨਿਆਂ ਦੇ ਵਿੱਚ ਮਜੀਠੀਆ ਨੇ ਸਾਫ਼ ਕਰ ਦਿੱਤਾ ਵੀ ਮਜੀਠੀਆ ਦਾ ਸਟੈਂਡ ਕੀ ਹੋਊਗਾ ਉਹਨਾਂ ਵਾਲੇ ਦੇ ਨਾਲ ਤੇ ਇੱਕ ਹੋਰ ਬੇਹਦ ਦਿਲਚਸਪ ਗੱਲ ਕੀਤੀ ਆ ਡੇਰਾ ਪ੍ਰੇਮੀ ਮੁਖੀ ਨੂੰ ਲੈ ਕੇ ਕਿਉਂਕਿ ਰਾਮ ਰਹੀਮ ਨੂੰ ਲੈ ਕੇ ਲਗਾਤਾਰ ਜਦੋਂ ਸ਼੍ਰੋਮਣੀ ਅਕਾਲੀ ਦਲ ਸਰਕਾਰ ਹੁੰਦੀ ਹੈ ਬੇਅਦਬੀ ਹੁੰਦੀ ਹੈ ਤੇ ਮਾਫੀ ਵੀ ਦੇ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਜਿਹੜਾ ਅਕਾਲੀ ਦਲ ਦਾ ਜਿਹੜਾ ਗਰਾਵ ਬਹੁਤ ਜ਼ਿਆਦਾ ਡਿੱਗ ਚੁੱਕਿਆ ਸੀ ਤੇ ਲਗਾਤਾਰ ਕੋਈ ਵੀ ਅਕਾਲੀ ਇਸ ਗੱਲ ਤੇ ਜਵਾਬ ਦੇਣ ਨੂੰ ਤਿਆਰ ਹੀ ਨਹੀਂ ਸੀ ਰਾਮ ਰਹੀਮ ਵਾਲੇ ਮੁੱਦੇ ਤੇ ਪਰ ਬਿਕਰਮ ਮਜੀਠੀਆ ਨੇ ਇਹ ਮੁੱਦਾ ਵੀ ਹੁਣ ਜਿਹੜਾ ਖੁੱਲੇ ਆਮ ਕਹਿਤਾ ਉਹ ਡਿਫਾਲਟਰ ਤੋਂ ਬਿਨਾਂ ਹੀ ਬੋਲਦੇ ਹੁਣ ਗੁਰਮੀਤ ਰਾਮ ਰਹੀਮ ਨੂੰ ਤੁਸੀਂ ਦੇਖੋ ਕਿ ਇੱਕ ਪਾਸੇ ਤਾਂ ਸਿੱਖ ਧਰਮ ਦੇ ਵਿੱਚ ਉਹਦੋਂ ਇੰਨਾ ਰੋਸ ਸੀ ਕਿ ਸ਼੍ਰੋਮਣੀ ਅਕਾਲੀ ਦਲ ਪੰਥਕ ਪਾਰਟੀ ਆ ਭਾਈ ਤੁਸੀਂ ਆਪ ਹੀ ਜਿਹੜਾ ਡੇਰਾ ਪ੍ਰੇਮੀ ਮੁਖੀ ਸੀ ਜਿਹੜੇ ਉਹਨੂੰ ਤੁਸੀਂ ਆਪ ਹੀ ਸਜ਼ਾ ਮਾਫੀ ਕਰਤੀ ਪਰ ਦੂਜੇ ਪਾਸੇ ਹੁਣ ਬਿਕਰਮ ਮਜੀਠੀਆ ਉਹ ਤਾਂ ਡਿਫਾਲਟਰ ਤੋਂ ਬਿਨਾਂ ਗੱਲ ਹੀ ਨਹੀਂ ਕਰਦੇ ਡੇਰਾ ਮੁਖੀ ਦਾ ਜਦੋਂ ਨਾਮ ਆਉਂਦਾ ਅਕਾਲੀ ਦਲ ਹੋਵੇ ਜਾਂ ਦੂਜੀਆਂ ਪਾਰਟੀਆਂ ਪੰਜਾਬ ਦੇ ਵਿੱਚ ਡੇਰੇ ਦੇ ਖਿਲਾਫ ਬੋਲਣ ਤੋਂ ਡਰਦੀਆਂ ਰਹੀਆਂ ਹਮੇਸ਼ਾ ਔਰ ਹੁਣ ਭਾਜਪਾ ਨੇ ਜਿਸ ਤਰ੍ਹਾਂ ਖੱਟਰ ਸਾਹਿਬ ਨੂੰ ਸਿੱਧੇ ਹੋ ਕੇ ਮਜੀਠੀਆ ਹੋਣੀ ਕਹਿੰਦੇ ਕਿ ਕਿ ਦੇਖੋ ਵੋਟਾਂ ਲੈਣ ਵਾਸਤੇ ਹੀ ਰਾਜਨੀਤੀ ਤਾਂ ਡੇਰੇ ਦੇ ਪਿੱਛੇ ਸਾਰੀ ਵੋਟਾਂ ਦੀ ਹੈ ਨਾ ਜਦੋਂ ਮੋਟਾ ਲੈਣੀਆਂ ਹੁੰਦੀਆਂ ਇਹ ਤਾਂ ਇੱਕ ਡੇਰੇ ਵਾਲਾ ਜਿਹੜਾ ਇੱਕ ਕਿਸਮ ਦਾ ਹੁਣ ਪੰਛੀ ਬਣ ਗਿਆ ਕਿ ਜਦੋਂ ਵੋਟਾਂ ਲੈਣੀਆਂ ਹੋਣਗੀਆਂ ਉਦੋਂ ਉਹਨੂੰ ਕੱਢ ਲਿਆ ਜਾਊਗਾ ਜਦੋਂ ਵੋਟਾਂ ਲੈ ਲਈਆਂ ਫਿਰ ਪਿੰਜਰੇ ਚ ਤਾੜ ਦਿਆ ਜਾ ਤਾੜ ਦਿੱਤਾ ਜਾਊਗਾ ਤਾਂ ਉਸੇ ਹਿਸਾਬ ਦੇ ਨਾਲ ਪਰ ਵਿਕਰਮ ਮਜੀਠੀਆ ਨੇ ਕਲੀਅਰ ਕੱਟ ਕਰ ਦਿੱਤਾ ਕਿ ਡੇਰੇ ਵਾਲਿਆਂ ਤੋਂ ਹੁਣ ਅਕਾਲੀ ਦਲ ਦੂਰ ਜਾਣ ਦੀ ਪੂਰੀ ਕੋਸ਼ਿਸ਼ ਦੇ ਵਿੱਚ ਵੀ ਆ ਔਰ ਜਿਸ ਤਰ੍ਹਾਂ ਡੇਰੇ ਦਾ ਟੈਗ ਲੱਗਿਆ ਇੱਕ ਖਾਸ ਤੌਰ ਤੇ ਬਹੁਤ ਵੱਡਾ ਵੱਡਾ ਟੈਗ ਜਿਹੜਾ ਮਨਦੀਪ ਲੱਗਿਆ ਕਿ ਅਕਾਲੀ ਦਲ ਨੇ ਮਾਫੀ ਦਿੱਤੀ ਡੇਰਾ ਮੁਖੀ ਨੂੰ ਜਾਂ ਪ੍ਰੈਸ਼ਰਾਈਜ਼ ਕਰਵਾ ਕੇ ਅਕਾਲੀ ਦਲ ਨੇ ਮਾਫੀ ਦਵਾਈ ਡੇਰਾ ਮੁਖੀ ਨੂੰ ਤਾਂ ਉਹ ਵੱਡਾ ਇੱਕ ਟੈਗ ਜਿਹੜਾ ਸੀ ਅਕਾਲੀ ਦਲ ਤੇ ਲੱਗਿਆ ਉਹਦਾ ਖਾਮਿਆਜਾ ਵੀ ਅਕਾਲੀ ਦਲ ਨੂੰ ਭੁਗਤਣਾ ਪਿਆ ਜੇ ਇੰਨਾ ਗ੍ਰਾਫ ਡਾਊਨ ਗਿਆ ਤਾਂ ਇਹ ਵੀ ਇੱਕ ਵਜ੍ਹਾ ਡੇਰਾ ਮੁਖੀ ਨੂੰ ਮਾਫੀ ਦੇਣ ਵਾਲੀ ਗੱਲ ਜਿਹੜੀ ਹੈ ਪਰ ਇਹਦੇ ਤੇ ਮੈਂ ਜਿਹੜਾ ਹੁਣ ਵਿਕਰਮ ਮਜੀਠੀਆ ਤਾਂ ਕਲੀਅਰ ਕਰ ਰਿਹਾ ਜਾਂ ਕਲੀਅਰ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿਤੇ ਨਾ ਕਿਤੇ ਕਿ ਭਾਈ ਸਾਡਾ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਇਹ ਕੋਸ਼ਿਸ਼ ਹੈ ਜਿਹੜੇ ਜਿੱਦਾਂ ਦੇ ਬਿਆਨ ਮਜੀਠੀਆ ਹੁਣਾਂ ਦੇ ਉਹ ਸਾਫ਼ ਤੌਰ ਤੇ ਝਲਕਦੇ ਹੋਏ ਨਜ਼ਰ ਆ ਰਹੇ ਆ ਕਿ ਸਾਡਾ ਕੋਈ ਪ੍ਰੇਮ ਨਹੀਂ ਇਹ ਹੁਣ ਤੁਸੀਂ ਰਾਜਨੀਤੀ ਰਾਜਨੀਤਿਕ ਬਿਆਨ ਕਹਿ ਲਓ ਜਾਂ ਫਿਰ ਕਿਉਂਕਿ ਰਾਜਨੇਤਾ ਨੇ ਇਹ ਤਾਂ ਰਾਜਨੀਤਿਕ ਬਿਆਨ ਕਹਾਂਗੇ ਇਸ ਨੂੰ ਪਰ ਕਿ ਵਾਕਈ ਜੇ ਵਿਕਰਮ ਮਜੀਠੀਆ ਦੇ ਦਿਲ ਦੇ ਵਿੱਚ ਵੀ ਇੰਨਾ ਹੀ ਗੁੱਸਾ ਤਾ ਫਿਰ ਹੋ ਸਕਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਕਾਲੀ ਦਲ ਦਾ ਉਭਾਰ ਵੀ ਹੋ ਸਕਦਾ ਜਿਸ ਤਰੀਕੇ ਦੇ ਨਾਲ ਵਿਕਰਮ ਮਜੀਠੀਆ ਦੇ ਬਿਆਨ ਆ ਰਿਹਾ ਜਾਂ ਗਰਾਉਂਡ ਦੇ ਵਿੱਚ ਇਹਨਾਂ ਗੱਲਾਂ ਨੂੰ ਲੈ ਕੇ ਜੇ ਵਿਕਰਮ ਮਜੀਠੀਆ ਜਾਂਦੇ ਆ ਤਾਂ ਦੇਖਣਾ ਹੋਊਗਾ ਕਿ ਵਾਕਈ ਕਿ ਪੰਥਕ ਜਿਹੜਾ ਵੋਟ ਹੈ ਉਹ ਵੀ ਇਹਨਾਂ ਗੱਲਾਂ ਤੋਂ ਪ੍ਰਭਾਵਿਤ ਹੋ ਕੇ ਮਜੀਠੀਆ ਨਾਲ ਜੁੜਦਾ ਹੈ ਕਿ ਨਹੀਂ ਜੁੜਦਾ ਇਹ ਮਜੀਠੀਆ ਉਹਨਾਂ ਨੇ ਵਿਕਰਮ ਇੱਕ ਗੱਲ ਦੇਖੋ ਕਿ ਸਾਰੇ ਉਹ ਵਿਵਾਦਿਤ ਮੁੱਦੇ ਚੱਕੇ ਨੇ ਜਿੰਨਾਂ ਦੇ ਘੇਰਿਆਂ ਚ ਅਕਾਲੀ ਦਾ ਲਾਉਂਦਾ ਰਿਹਾ ਹੈਗਾ ਚਾਹੇ ਡੇਰਾ ਰਾਮਰੀਮ ਵਾਲਾ ਹੋਵੇ ਤੇ ਚਾਹੇ ਹੁਣ ਜੇ ਗੱਲ ਕਰੀਏ ਤਾਂ ਐਸਜੀਪੀਸੀ ਤੇ ਲੈ ਕੇ ਕਿਉਂਕਿ ਪੰਥਕ ਧਰਾਂ ਨੂੰ ਲੈ ਕੇ ਲਗਾਤਾਰ ਆਪਸ ਦੇ ਵਿੱਚ ਕਨਫਲਿਕਟ ਵਾਲੀ ਸਥਿਤੀ ਬਣੀ ਰਹਿੰਦੀ ਸੀ ਤੇ ਹੁਣ ਨਾਲ ਇੱਕ ਬਿਆਨ ਉਹਨਾਂ ਦਾ ਪਹਿਲਾਂ ਗੈਂਗਸਟਰ ਬਾਦ ਨੂੰ ਲੈ ਕੇ ਵੀ ਅਹ ਬਿਆਨ ਆਉਂਦਾ ਕਿਉਂਕਿ ਗੈਂਗਸਟਰ ਬਾਦ ਨੂੰ ਜਦੋਂ ਗੱਲ ਚੱਲਦੀ ਆ ਤਾਂ ਇਹ ਕਿਹਾ ਜਾਂਦਾ ਕਿ ਪ੍ਰਾਣੀਆਂ ਸਰਕਾਰਾਂ ਦੇ ਪੈਦਾ ਕੀਤੇ ਸੀ ਸ਼੍ਰੋਮਣੀ ਕਾਲੀਦਾਨ ਨੂੰ ਲਿਆ ਜਾਂਦਾ ਨਿਸ਼ਾਨੇ ਤੇ ਲਗਾਤਾਰ ਵਿਰੋਧੀ ਪਾਰਟੀਆਂ ਕਹਿੰਦੀਆਂ ਕਿ ਤੁਸੀਂ ਇੰਨਾ ਟਾਈਮ ਰਾਜ ਕੀਤਾ ਉਸ ਤੋਂ ਬਾਅਦ ਜਿਹੜਾ ਹੈ ਗੈਂਗਸਟਰ ਪ ਤੇ ਇਹ ਗੱਲਾਂ ਨੂੰ ਵੀ ਜਿਹੜਾ ਕਿਤਨਾ ਕਿਤੇ ਟਾਰਗੇਟ ਕੀਤਾ ਤੇ ਕਹਿ ਸਕਦੇ ਆ ਕਿ ਸਾਰੇ ਵਿਵਾਦਿਤ ਬਿਆਨਾਂ ਤੋਂ ਜਿਹੜਾ ਪਰਦਾ ਚੁੱਕਦੇ ਨਜ਼ਰ ਆ ਰਹੇ ਨੇ ਬਿਕਰਮਜੀਠੀਆ ਕਲੀਅਰ ਸਟੈਂਡ ਆਫ ਦਾ ਬੇਹਤੜਕ ਹੋ ਕੇ ਕਹਿ ਰਹੇ ਨੇ ਕਿਉਂਕਿ ਰਿਵਾਈਵਲ ਦੇ ਲਈ ਲੜ ਰਿਹਾ ਸ਼੍ਰੋਮਣੀ ਕਾਲੀ ਦਲ ਤੇ ਅੱਜ ਗੈਂਗਸਟਰ ਵਾਰ ਨੂੰ ਲੈ ਕੇ ਵੀ ਉਹ ਪੂਰਾ ਬੋਲੇ ਨੇ ਉਹ ਕਹਿ ਰਹੇ ਨੇ ਕਿ ਕੋਈ ਹਰੀਕੇ ਲੰਡੇ ਬਾਰੇ ਬੋਲੇ ਨੇ ਕੋਈ ਲੰਡਾ ਹੈ ਕੋਈ ਵੰਡਾ ਹੈ ਸਿੱਧਾ ਉਹਨਾਂ ਨੇ ਇਹ ਗੱਲ ਕਹੀਆਂ ਨੇ ਦੇਖੋ ਗੈਂਗਸਟਰਾਂ ਦੇ ਖਿਲਾਫ ਇੰਨਾ ਖੁੱਲਕੇ ਬੋਲੇ ਨਹੀਂ ਸਿਆਸਤਦਾਨ ਅਸੀਂ ਦੇਖ ਰਹੇ ਹਾਂ ਬੇਸ਼ੱਕ ਕਾਂਗਰਸ ਦੇ ਕਈ ਆਗੂ ਬੋਲਦੇ ਰਹੇ ਆ ਸੁਖੀ ਰੰਧਾਵਾ ਵੀ ਉਹਨਾਂ ਚੋਂ ਇੱਕ ਆ ਬੋਲਦੇ ਰਹੇ ਪਰ ਬਿਕਰਮ ਮਜੀਠੀਆ ਨੇ ਜਿਹੜੀ ਗੱਲ ਕਹੀ ਹੈ ਗੋਲਡੀ ਬਰਾੜ ਨੂੰ ਖੁੱਲਾ ਚੈਲੰਜ ਕੀਤਾ ਉੱਥੇ ਹੀ ਲੰਡੇ ਨੂੰ ਜਿਸ ਤਰ੍ਹਾਂ ਦੇ ਨਾਂ ਲੈ ਕੇ ਉਸ ਦਾ ਬੋਲੇ ਆ ਕਹਿੰਦੇ ਕਿ ਲੰਡਾ ਹਰੀਕੇ ਫਲਾਣਾ 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 ਇਸ ਤਰ੍ਹਾਂ ਦੀ ਗੱਲ ਉਹਨਾਂ ਨੇ ਕਹੀ ਹੈ ਤਾਂ ਉਸ ਨੂੰ ਲੈ ਕੇ ਮਜੀਠੀਆ ਨੇ ਤਾਂ ਕਲੀਅਰ ਕੱਟ ਕਰਤਾ ਪਿਛਲੇ ਦਿਨ ਹੀ ਮੰਦੀਪ ਐਸ ਤੋਂ ਅੱਜ ਤੋਂ ਪਹਿਲਾਂ ਵੀ ਬਿਆਨ ਉਹਨਾਂ ਦਾ ਬਿਕਰਮ ਮਜੀਠੀਆ ਦਾ ਇਸੇ ਨੂੰ ਇਸੇ ਤਰ੍ਹਾਂ ਹੀ ਬਿਆਨ ਆਇਆ ਸੀ ਉਹ ਕਹਿੰਦੇ ਕਿ ਮੈਂ ਨਹੀਂ ਡਰਦਾ ਇਸ ਤਰ੍ਹਾਂ ਦੀਆਂ ਗੱਲਾਂ ਵੀ ਉਹਨਾਂ ਨੇ ਕਹੀਆਂ ਔਰ ਇਹ ਚੀਜ਼ ਦੇਖਣੀ ਹੋਊਗੀ ਕਿ ਬਾਕੀ ਅਕਾਲੀ ਵੀ ਇਸੇ ਤਰ੍ਹਾਂ ਕੋਈ ਸਟੈਂਡ ਲੈਣ ਦੇ ਨਜ਼ਰ ਆਉਣਗੇ ਕਿ ਨਹੀਂ ਕਿਉਂਕਿ ਦੇਖੋ ਗੈਂਗਸਟਰਾਂ ਦਾ ਜਿਹੜਾ ਟੈਗ ਲੱਗ ਰਿਹਾ ਕਿ ਪੰਜਾਬ ਦੇ ਵਿੱਚ ਗੈਂਗਸਟਰ ਜਿਹੜਾ ਗੈਂਗਸਟਰਵਾਦ ਪੈਦਾ ਕੀਤਾ ਉਹ ਅਕਾਲੀ ਦਲ ਨੇ ਕੀਤਾ ਉਹ ਕਾਂਗਰਸ ਨੇ ਕੀਤਾ ਇਸ ਤਰ੍ਹਾਂ ਦੇ ਆਮ ਆਦਮੀ ਪਾਰਟੀ ਇਲਜ਼ਾਮ ਲਾਉਂਦੀ ਹੈ ਜੇ ਇਸ ਟੈਗ ਨੂੰ ਧੋਣਾ ਤਾਂ ਫਿਰ ਦੋਹਾਂ ਪਾਰਟੀਆਂ ਨੂੰ ਇਸੇ ਤਰ੍ਹਾਂ ਸਟੈਂਡ ਲੈਣਾ ਪਊਗਾ ਕਿ ਭਾਈ ਅਸੀਂ ਨਹੀਂ ਪੈਦਾ ਕੀਤੇ ਅਸੀਂ ਨਹੀਂ ਕੀਤਾ ਕਿਉਂਕਿ ਇਹ ਕਿਹਾ ਜਾਂਦਾ ਨਾ ਕਿ ਜਿਹੜਾ ਗੁੰਡੇ ਪਾਲੇ ਜਾਂਦੇ ਆ ਬਦਮਾਸ਼ ਪਾਲੇ ਜਾਂਦੇ ਆ ਸਿਆਸਤਦਾਨ ਪਾਲਦੇ ਆ ਉਹਨਾਂ ਨੂੰ ਪੈਦਾ ਕਰਦੇ ਆ ਪਾਲਦੇ ਆ ਵੱਡਾ ਕਰਦੇ ਆ ਫਿਰ ਜਦੋਂ ਉਹ ਰਾਹ ਦਾ ਰੋੜਾ ਬਣਨ ਲੱਗ ਜਾਂਦੇ ਆ ਜਾਂ ਫੀਲਿੰਗ ਲੈਣ ਲੱਗ ਜਾਂਦੇ ਸਿੱਧੇ ਸ਼ਬਦਾਂ ਚ ਤਾਂ ਫਿਰ ਉਹਨਾਂ ਨੂੰ ਪਾਸੇ ਕਰ ਦਿੱਤਾ ਜਾਂਦਾ ਤਾਂ ਪੰਜਾਬ ਦੇ ਬਹੁਤ ਸਾਰੇ ਮੁੰਡੇ ਇਸੇ ਤਰ੍ਹਾਂ ਮਰੇ ਆ ਪਰ ਉਸੇ ਨੂੰ ਲੈ ਕੇ ਹੁਣ ਮਜੀਠੀਆ ਨੇ ਤਾਂ ਇਹ ਕਲੀਅਰ ਕੀਤਾ ਪਰ ਸੁਧੀਰ ਸੂਰੀ ਆਲਾ ਵੀ ਮੈਂ ਚਾਹੂੰਗਾ ਟੌਪਿਕ ਬਹੁਤ ਇੰਪੋਰਟੈਂਟ ਆ ਸੁਧੀਰ ਸੂਰੀ ਦੇ ਬਿਆਨਾਂ ਤੇ ਉਸ ਦੇ ਖਿਲਾਫ ਬੋਲਦੇ ਨਜ਼ਰ ਆਏ ਔਰ ਉੱਥੇ ਹੀ ਇਹ ਵੀ ਗੱਲ ਕਹੀ ਕਿ ਮੈਂ ਪਰਿਵਾਰ ਦੇ ਕਿਸੇ ਦਾ ਹਸਬੰਦ ਗਿਆ ਕਿਸੇ ਦਾ ਪਿਓ ਗਿਆ ਇਹ ਗੱਲ ਵੀ ਮਜੀਠੀਆ ਨੇ ਕਹੀ ਆ ਤਾਂ ਕੋਸ਼ਿਸ਼ ਵਿਕਰਮ ਮਜੀਠੀਆ ਦੀ ਹੈ ਕਿ ਹਿੰਦੂ ਘੇਰਿਆਂ ਨੂੰ ਵੀ ਨਾਲ ਫਿੱਟ ਕੀਤਾ ਜਾਵੇ ਆਕਾਲੀ ਦਲ ਦੇ ਵਿੱਚ ਦੇਖਣਾ ਮਨਦੀਪ ਕਿੰਨਾ ਕਿਸ ਦਾ ਫਾਇਦਾ ਮਿਲ ਪਾਉਂਦਾ ਆਖਰੀ ਸਵਾਲ ਆ ਵਿਕਰਮ ਜੇ ਵਿਕਰਮ ਮਜੀਠੀਆ ਉਹਨਾਂ ਦੇ ਬਿਆਨਾਂ ਦੀ ਗੱਲ ਕਰੀਏ ਤਾਂ ਕੀ ਸਮਝਦੇ ਹੋ ਸੀ ਕਿਵੇਂ ਦੇਖਿਆ ਜਾਵੇ ਪੋਲੀਟੀਕਲੀ ਕਿਵੇਂ ਡੀਕੋਡ ਕੀਤਾ ਜਾਵੇ ਬਿਆਨਾਂ ਨੂੰ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਜਿਹੜੇ ਮੁੱਦਿਆਂ ਤੇ ਚੁਪਪਤਾ ਰੀ ਰੱਖੀ ਤੇ ਹੁਣ ਕਿਤਨਾ ਕਿਤੇ ਵੀ ਦੇਖਿਆ ਜਾ ਸਕਦਾ ਕਿ ਹੋ ਸਕਦਾ ਸ਼੍ਰੋਮਣੀ ਅਕਾਲੀ ਦਲ ਦੇ ਜਿਹੜਾ ਕੁਛ ਸੀਨੀਅਰ ਲੀਡਰਸ਼ਿਪ ਨੇ ਕਿਹਾ ਹੋਵੇ ਭਾਈ ਇੱਕ ਨੂੰ ਤਾਂ ਮੂਹਰੇ ਕਰੋ ਜਿਹੜਾ ਜ਼ਿੰਮੇਵਾਰੀ ਲਵੇ ਤੇ ਬੇਸ਼ੱਕ ਕਿਉਂਕਿ ਇੱਕ ਮੱਝ ਦਾ ਜਰਨਲ ਕਿਹਾ ਹਾਂ ਦਾ ਵਿਕਰਮ ਸਿੰਘ ਮਜੀਠੀਆ ਨੂੰ ਆਪਦੇ ਆਪ ਚ ਸ਼੍ਰੋਮਣੀ ਅਕਾਲੀ ਦਲ ਜਿਹੜੇ ਨੇ ਉਹ ਕਹਿੰਦੇ ਕਿ ਹਾਂ ਠੀਕ ਹੈ ਮਜੀਠੀਆ ਉਹਨਾਂ ਜਿਹੜਾ ਆਪਦਾ ਰਤਬਾ ਉਹਨਾਂ ਦਾ ਮਾਜੇ ਚ ਜਿਹੜਾ ਉਹਨਾਂ ਦਾ ਆਪਦਾ ਕਾਫੀ ਜਿਹੜੀ ਹੈ ਹਾਈਪ ਉਹਨਾਂ ਦੀ ਬਣੀ ਹੋਈ ਹੈ ਕਿਤੇ ਵੀ ਹੋ ਸਕਦਾ ਹੈ ਕਿ ਅਕਾਲੀ ਦਲ ਦੇ ਵੱਲੋਂ ਜਾਂ ਕਿਸੇ ਹੋਰ ਕਿਸੇ ਸਿਆਣੇ ਬੰਦੇ ਨੇ ਸਲਾਹ ਦਿੱਤੀ ਹੋਵੇ ਭਾਈ ਕੋਈ ਤਾਂ ਬੋਲੋ ਕੋ ਇਹ ਤਾਂ ਪਤਾ ਨਹੀਂ ਜ਼ਲਾ ਕਿਨੇ ਦਿੰਦੀ ਹੈ ਕਿਨੇ ਨਹੀਂ ਦਿੰਦੀ ਪਰ ਇਹ ਜ਼ਰੂਰ ਹੈ ਮਜੀਠੀਆ ਨੇ ਇਹ ਸਭ ਕੁਝ ਤਾਂ ਸ਼ਾਇਦ ਦੇਖ ਲਿਆ ਹੋਊਗਾ ਕਿ ਭਾਈ ਇਸ ਤੋਂ ਹੋਰ ਥੱਲੇ ਕਿੰਨਾ ਕੁ ਜਾਵਾਂਗੇ ਅਸੀਂ ਅਕਾਲੀ ਦਲ ਦੇ ਪੱਲੇ ਜਿਹੜੀਆਂ ਤਿੰਨ ਸੀਟਾਂ ਆਈਆਂ ਉਹਨਾਂ ਦੇ ਵਿੱਚੋਂ ਵਿਕਰਮ ਮਜੀਠੀਆ ਦੀ ਇੱਕ ਵਾਈਫ ਵੀ ਹੈ ਵਿਕਰਮ ਮਜੀਠੀਆ ਉਹਨਾਂ ਦੀ ਵਾਈਫ ਵੀ ਹੈ ਉਹਨਾਂ ਦੇ ਵਿੱਚੋਂ ਇੱਕ ਜੋ ਵਿਧਾਇਕਾ ਨੇ ਔਰ ਇੱਕੋ ਇੱਕ ਜੋ ਮਹਿਲਾ ਵੀ ਜਿੱਤੇ ਨੇ ਅਕਾਲੀ ਦਲ ਦੇ ਵਿੱਚੋਂ ਤਾਂ ਮਜੀਠੀਆ ਨੇ ਤਾਂ ਸੋਚ ਲਿਆ ਕਿ ਇਸ ਤੋਂ ਥੱਲੇ ਗਵਾਉਣ ਲਈ ਤਾਂ ਸਾਡੇ ਕੋਲੇ ਕੁਝ ਹੈ ਨਹੀਂ ਹੁਣ ਦੇਖਦੇ ਹਾਂ ਕਿ ਆਉਂਦਾ ਕੀ ਕੁਛ ਹੈ ਇੱਕ ਪੱਤਾ ਇਹ ਵੀ ਖੇਡ ਕੇ ਦੇਖ ਲਈਏ ਇਹ ਵੀ ਕੋਸ਼ਿਸ਼ ਹੋ ਸਕਦੀ ਹੈ ਵਿਕਰਮ ਮਜੀਠੀਆ ਦੀ ਕਿਉਂਕਿ ਹੋਰ ਤਾਂ ਕੋਈ ਬੋਲਿਆ ਨਹੀਂ ਹੋਰ ਤਾਂ ਕਿਸੇ ਨੇ ਫੈਸਲਾ ਲਿਆ ਨਹੀਂ ਪਰ ਫੈਸਲਾ ਲੈ ਲਿਆ ਵਿਕਰਮ ਮਜੀਠੀਆ ਨੇ ਸਟੈਂਡ ਆਪਣਾ ਕਲੀਅਰ ਕਰ ਦਿੱਤਾ ਪਰ ਆਉਣ ਵਾਲੇ ਦਿਨਾਂ ਅੱਜ ਪਤਾ ਲੱਗੂਗਾ ਜੇ ਤੇ ਦੇ ਨਾਲ ਫਾਇਦਾ ਹੁੰਦਾ ਹੋਇਆ ਤਾਂ ਫਿਰ ਹੋ ਸਕਦਾ ਕਿ ਬਾਕੀ ਅਕਾਲੀ ਅਗੂ ਵੀ ਜਾਂ ਸੁਖਵੀਰ ਬਾਦਲ ਵੀ ਖੁੱਲ ਕੇ ਬੋਲਣ ਲੱਗ ਜਾਣ ਜੇ ਹਿੰਦੂ ਨਾਲ ਜੁੜਦੇ ਹੋਏ ਨਜ਼ਰ ਆਏ ਤਾਂ ਮਾਹਰ ਤਾਂ ਮੰਦੀ ਪਈ ਗੱਲ ਕਹਿੰਦੇ ਆ ਜਿਹੜੇ ਸਿਆਸੀ ਮਾਹਰ ਨੇ ਉਹ ਕਹਿੰਦੇ ਕਿ ਜੇ ਤਾਂ ਫਾਇਦਾ ਹੁੰਦਾ ਹੋਇਆ ਨਜ਼ਰ ਆਇਆ ਇਹਨਾਂ ਬਿਆਨਾਂ ਦੇ ਨਾਲ ਫਿਰ ਹੋ ਸਕਦਾ ਕਿ ਅਕਾਲੀ ਦਲ ਤਕੜਾ ਸਟੈਂਡ ਲੈ ਲਵੇ ਫਿਰ ਹੋ ਸਕਦਾ ਕਿ ਅਕਾਲੀ ਦਲ ਖਾਲਿਸਤਾਨ ਦੇ ਖਿਲਾਫ ਵੀ ਤਕੜਾ ਸਟੈਂਡ ਲੈ ਲਵੇ ਫਿਰ ਹੋ ਸਕਦਾ ਕਿ ਅਕਾਲੀ ਦਲ ਸਟੈਂਡ ਲੈ ਲਵੇ ਅਮਰਪਾਲ ਦੇ ਖਿਲਾਫ ਵੀ ਫਿਰ ਹੋ ਸਕਦਾ ਕਿ ਅਕਾਲੀ ਦਲ ਖੁੱਲ ਕੇ ਪਰ ਪਿਛਲੇ ਦਿਨੀ ਜਿਵੇਂ ਬਿਆਨ ਦਿੱਤੇ ਕਿ ਜੀ ਅਸੀਂ ਸਿਰਫ ਪੱਗਾਂ ਵਾਲਿਆਂ ਨੂੰ ਹੀ ਵੋਟ ਜਿਹੜੀਆਂ ਟਿਕਟ ਦੇਣੀ ਹੈ ਪਰ ਸ਼ਾਇਦ ਹੋ ਸਕਦਾ ਫਿਰ ਇਹ ਫੈਸਲਾ ਵੀ ਅਕਾਲੀ ਦਲ ਨੂੰ ਮੰਦੀ ਬਦਲਣਾ ਪੈ ਸਕਦਾ ਤਾਂ ਬਿਲਕੁਲ ਅੱਗੇ ਕੀ ਹੋਏਗਾ ਆਉਣ ਵਾਲੇ ਦਿਨਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਿਆਸਤ ਪੰਜਾਬ ਦੇ ਵਿੱਚ ਕਿਸ ਪ੍ਰਕਾਰ ਆਪਣੀ ਇਮੇਜ ਬਣਾਉਂਦੀ ਹੈ ਤੇ ਉਸ ਤੋਂ ਬਾਅਦ ਲੋਕਾਂ ਦੇ ਵਿੱਚ ਕਿਸ ਪ੍ਰਕਾਰ ਦੀ ਆਪਦੀ ਛਾਪ ਛੱਡ ਪਾਉਂਦੀ ਹੈ ਤਾਂ ਆਉਣ ਵਾਲੇ ਦਿਨੀ ਦੱਸਣਗੇ ਫਿਲਹਾਲ ਬਿਕਰਮ ਮਜੀਠੀਆ ਦੇ ਉਹਨਾਂ ਬਿਆਨਾਂ ਦੇ ਉੱਪਰ ਚਰਚਾ ਕੀਤੀ ਜਿਹੜੇ ਬਿਆਨ ਪੰਜਾਬ ਤੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਇਕੁਲੀ ਜਿਹੜੇ ਨੇ ਚੱਲਦੇ ਸੀ ਪੈਰ ਲਈ ਚੱਲਦੇ ਸੀ ਪਰ ਅੱਜ ਬੇਬਾਕ ਹੋ ਕੇ ਬਿਕਰਮ ਮਜੀਠੀਆ ਉਹਨਾਂ ਬਿਆਨਾਂ ਤੇ ਆਪਣੀ ਚੁੱਪੀ ਤੋੜ ਦੇ ਤੇ ਸਿੱਧਾ ਟਾਰਗੇਟ ਕਰਦੇ ਨਜ਼ਰ ਆਏ ਹੋਰ तमाम ਮੁੱਦਿਆਂ ਨੂੰ ਲੈ ਕੇ ਲਗਾਤਾਰ ਚਰਚਾਵਾ ਲੈ ਕੇ ਆਉਂਦੇ ਰਾਂਗੇ ਫਿਲਹਾਲ ਇਜਾਜ਼ਤ ਦਿਵੋ ਧੰਨਵਾਦ ਪੰਜਾਬ ਦੀ ਹਰ ਵੱਡੀ ਖਬਰ ਤੇ ਵੱਡਾ ਇੰਟਰਵਿਊ ਸਭ ਤੋਂ ਪਹਿਲਾਂ ਦੇਖਣ ਲਈ ਡਾਊਨਲੋਡ ਕਰੋ ਪ੍ਰੋ ਪੰਜਾਬ ਟੀਵੀ ਦਾ ਮੋਬਾਈਲ ਐਪ